ਹਾਲ ਹੀ ਵਿੱਚ ਰਿਲੀਜ਼ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਬਣੀ ਦਸਤਾਵੇਜ਼ੀ ਫਿਲਮ ਨੇ ਗਾਰਡਨ ਸਟੇਟ ਫਿਲਮ ਫੈਸਟੀਵਲ ਵਿੱਚ ਦੋ ਵੱਡੇ ਐਵਾਰਡ ਹਾਸਲ ਕੀਤੇ ਹਨ। ਨੈਸ਼ਨਲ ਸਿੱਖ ਕੰਪੇਨ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਰਿਲੀਜ਼ ਵਿੱਚ ਮਿਲੀ ਜਾਣਕਾਰੀ ਮੁਤਾਬਕ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਬਣੀ ਆਪਣੇ ਪ੍ਰਕਾਰ ਦੀ ਪਹਿਲੀ ਦਸਤਾਵੇਜ਼ੀ ਫਿਲਮ ਨੇ ਬੈਸਟ ਇੰਟਰਨੈਸ਼ਨਲ ਡਾਕੂਮੈਂਟਰੀ ਅਤੇ ਬੈਸਟ ਸਿਨੇਮੈਟੋਗ੍ਰਾਫੀ ਐਵਾਰਡ ਆਪਣੇ ਨਾਮ ਕੀਤੇ ਹਨ। ਨਿਊਜਰਸੀ ਦੇ ਐਸਬਰੀ ਚ ਹੋਏ ਗਾਰਡਨ ਸਟੇਟ ਫਿਲਮ ਫੈਸਟੀਵਲ ਵਿੱਚ 240 ਫਿਲਮਾਂ ਵਿਖਾਈਆਂ ਗਈਆਂ। ਹਰ ਸਾਲ ਇੱਥੇ ਵਰਲਡ ਪ੍ਰੀਮੀਅਰ ਵਿਖਾਏ ਜਾਂਦੇ ਹਨ। ਹਾਈ ਪ੍ਰੋਫਾਈਲ ਫਿਲਮਾਂ ਦੀ ਨੁਮਾਇਸ਼ ਹੁੰਦੀ ਹੈ। ਇਸ ਸਾਲ ਇੱਥੇ 50 ਵਰਲਡ ਪ੍ਰੀਮੀਅਰ ਹੋਏ, 80 ਨਿਊ ਜਰਸੀ ਪ੍ਰੀਮੀਅਰ ਕਰਵਾਏ ਗਏ, 2 ਦਰਜਨ ਈਸਟ ਕੋਸਟ ਪ੍ਰੀਮੀਅਰ ਅਤੇ 15 ਯੂਨਾਈਟਿਡ ਸਟੇਟ ਪ੍ਰੀਮੀਅਰ ਕਰਵਾਏ ਗਏ। ਹਾਲਾਂਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਵਾਰ ਫੈਸਟੀਵਲ ਡਿਜੀਟਲ ਸਟ੍ਰੀਮਿੰਗ ਜ਼ਰੀਏ ਹੀ ਨੇਪਰੇ ਚੜਿਆ। ਜੈਰੀ ਕ੍ਰੈਲ ਤੇ ਐਡਮ ਕ੍ਰੈਲ ਦੀ ਅਗਵਾਈ ਵਿੱਚ ਬਣੀ ਇਸ ਦਸਤਾਵੇਜ਼ੀ ਫਿਲਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ 10 ਮਹੀਨਿਆਂ ਦਰਮਿਆਨ ਹੀ ਤਿਆਰ ਕੀਤਾ ਗਿਆ ਹੈ। ਇਹ ਫਿਲਮ ਭਾਰਤ, ਪਾਕਿਸਤਾਨ ਸਮੇਤ ਯੂਨਾਈਟਿਡ ਸਟੇਟ ਦੇ ਕਈ ਹਿੱਸਿਆਂ 'ਚ ਵਿਖਾਈ ਗਈ। ਫਿਲਮ ਜ਼ਰੀਏ ਗੁਰੂ ਸਾਹਿਬ ਦੇ ਜੀਵਨ ਸਮੇਤ ਉਹਨਾਂ ਦੀਆਂ ਸਿੱਖਿਆਵਾਂ ਨੂੰ ਬੜੇ ਹੀ ਸੁੰਦਰ ਅੰਦਾਜ਼ ਵਿੱਚ ਲੜੀਬੱਧ ਵਿਖਾਇਆ ਗਿਆ ਹੈ। ਜੈਰੀ ਕ੍ਰੈਲ ਵੱਲੋਂ ਕਿਹਾ ਗਿਆ ਹੈ ਕਿ ਉਹ ਫੈਸਟੀਵਲ ਆਰਗੇਨਾਈਜ਼ਰ ਦੇ ਇਸ ਉਦਮ ਲਈ ਉਹਨਾਂ ਦੇ ਸ਼ੁਕਰਗੁਜ਼ਾਰ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖਤਾ ਨੂੰ ਰਾਹ ਦਰਸਾਉਣ ਵਾਲੀਆਂ ਹਨ, ਅਗਵਾਈ ਕਰਨ ਵਾਲੀਆਂ ਹਨ। ਉਹਨਾਂ ਨੇ ਕਿਹਾ ਕਿ ਮੈਂ ਪੂਰੀ ਦੁਨੀਆ ਦੇ ਸਿੱਖ ਨੂੰ ਅਪੀਲ ਕਰਦਾ ਹਾਂ ਕਿ ਇਸ ਦਸਤਾਵੇਜ਼ੀ ਫਿਲਮ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਓ ਤਾਂ ਕਿ ਹੋਰ ਵੀ ਇਸ ਤੋਂ ਸੇਧ ਲੈ ਸਕਣ। In the middle of the night, I wake up and say in my limited Punjabi, "Ay, vey, what about if they don't like the film? This might be my last screening." I am privileged that Dr. Singh had the trust and the confidence in me and my fellow filmmaker and son, Adam Krell, to get it right. And words cannot express my gratitude to those of you who helped us to make this documentary happen. So please enjoy Guru Nanak, the founder of Sikhism, life and legacy. The Globe Advice oversees education ਤੇ immigration company ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।